नमस्कार, आप देख रहे हैं जीबीसी अपडेट। मैं हूं आपके साथ रिद्धि। और विदेश में घोटालों के मामले जो हैं दिन ब दिन बढ़ते जा रहे हैं। आए दिन शादी करके लड़कियां बाहर जाती हैं लेकिन अपने पति को वहां जाकर भूल जाती हैं, उनको बुलाती नहीं है। ऐसा एक मामला पंजाब के गुरदासपुर से सामने आया है जहाँ पर शादीशुदा जोड़े ने ये डिसाइड किया था कि शादी करके वे बाहर सेटल होंगे, लेकिन जब लड़की लड़के के पैसों पर बाहर गई तो बाहर जाकर वह मुकर गई। उसने फोन उठाना बंद कर दिया, वहां पर लड़के के साथ जितने भी कॉन्टेक्ट थे वो खत्म कर दिए, जिसके बाद लड़का अपने ही पैसों पर दोबारा विदेश गया, लेकिन वहां जाकर भी उसने उससे शादी करने से या उसके साथ रहने से इनकार कर दिया, और साथ में बात करे तो उसे जान से मारने की धमकियां तक देनी शुरू कर दी, जिस वजह से लड़का मानसिक रोगी हो गया। वह वापस आ गया और वहां पे उसको मानसिक तनाव जो है रहना शुरू हो गया, जिसके बाद परिवार ने चिंता में आकर लड़की के परिवार पर मामला दर्ज करवा दिया, और पुलिस ने इन सब को देखते हुए माँ बाप पर मामला दर्ज कर लिया। आप भी देखिए ये खास रूप। हाँ, ये टीका दिता उदन नहीं कुछ भी खाता दो करके फिर ਵਿਆਹ ਕੀਤਾ ਸੀ। ਚੱਲ ਕੋਈ ਸਾਨੂੰ ਆਖੇ ਨਾ ਵੀ ਇਹ ਨਿਕਲ ਕੇ ਆ ਗਈ ਹੈ। ਨਹੀਂ ਤੈਨੂੰ ਸੱਚੀ ਕਰਦੀ ਪੈਸੇ ਕਮਾਉਣ ਲੱਗ ਪਈ ਹੁਣ ਕੰਮ ਉਹ ਵੀ ਬੰਦ ਹੋ ਕੁੜੀ ਬਾਹਰ ਗਈ ਸਾਡੀ ਕੰਮ ਦਾ ਕੁੜੀ ਨੇ ਪੈਸੇ ਘੱਲਿਆ ਤੇ ਇਹਨਾਂ ਚੁੱਕਿਆ ਕੰਮ ਤੇਰੀ ਆਉਣ ਜਾਣ ਦੀ ਟਿਕਟ ਇਹ ਪਹਿਲਾਂ ਕੈਨੇਡਾ ਸੀ ਤੇ ਇਹਦੇ ਭਰਾ ਫੌਜੀ ਆ 1,40,000 ਰੁਪਇਆ ਉਹਦੇ ਕੋਲ ਉਹਦੀ ਪ੍ਰਾਪਰਟੀ ਕੀ ਨਿਕਲਿਆ ਉੱਠੀਆਂ ਵੀ ਪੈ ਗਈਆਂ। ਮੇਰਾ ਨਾਂ ਰਛਪਾਲ ਸਿੰਘ, ਪਿੰਡ ਧਪੂੜੀ। ਮੇਰੇ ਲੜਕਾ ਜਗਰਾਜ ਸਿੰਘ, ਮੈਂ ਉਹਦਾ ਵਿਆਹ ਕਾਲੇ ਨੰਗਲ ਹੋਇਆ ਕਿ ਲਵ ਮੈਰਿਜ ਹੋਈ ਆ, ਅਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਆਉਂਦੀ ਰਹੀ ਆ, ਮੁੜ ਕੇ ਧੱਕੇ ਨਾਲ ਮੇਰੇ ਘਰ ਇਹਨੇ ਵਿਆਹ ਕੀਤਾ ਅਤੇ ਮੈਂ ਨਮੋਸ਼ੀ ਦਾ ਮਾਰਿਆ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ, ਅਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ। ਮੈਂ 5-7-10 ਬੰਦੇ ਖੜ ਕੇ ਅਤੇ ਆਪਣਾ ਪੈਲਸ ਕਰਕੇ ਅਤੇ ਆਪ ਫੇਰੇ ਲੈ ਕੇ ਗੁਰਦੁਆਰੇ ਅਤੇ ਇਹਦਾ ਵਿਆਹ ਕੀਤਾ। ਕਿੰਨੀ ਤਰੀਕ ਨੂੰ ਕੀਤਾ ਜੀ? ਇਹ 18 ਜਨਵਰੀ 2018 ਜੀ।
ਉਹਦੇ ਤੋਂ ਬਾਅਦ ਇਹਨਾਂ ਕਨੈਕਟਮੈਂਟ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਤੂੰ ਬਾਹਰ ਭੇਜੇਗਾ An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur. ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਭੇਜ ਦਿਆਂਗਾ ਮੈਨੂੰ ਵੀ ਥੋੜ੍ਹਾ ਸੀ ਵੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ ਚਲੋ ਸਾਰੇ ਰਲ ਮਿਲ ਕੇ ਇਹਨਾਂ ਕੀ ਅਤੇ ਮੈਂ ਆਇਲਸ ਵੀ ਕੁੜੀ ਨੂੰ ਕਰਵਾਈ ਫਿਰ ਮੈਂ ਬਾਅਦ 'ਚ ਇਹਦੀ ਤਿੰਨ ਵਾਰੀ ਆਇਲਸ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਆਇਲਸ ਕਰਵਾ ਕੇ ਇਹਨੂੰ ਮੈਂ ਬਾਹਰ ਮੈਂ ਯੂ ਐੱਸ ਏ ਦੀ ਫਾਈਲ ਲਗਵਾਈ ਉੱਥੇ ਮੇਰਾ 6 ਲੱਖ ਰੁਪਈਆ ਖਰਚਾ ਆਇਆ ਇੱਕ ਮਹੀਨਾ ਉੱਥੇ ਟ੍ਰੇਨਿੰਗ ਵੀ ਦਵਾਈ ਮੈਂ ਇਹਨੂੰ ਅਤੇ ਉੱਥੋਂ ਇਹ ਹੈਦਰਾਬਾਦ ਨਾਲ ਹੀ ਟ੍ਰੇਨਿੰਗ ਹੋਈ ਉੱਥੋਂ ਇਹ ਫੇਲ ਹੋ ਗਈ ਫਿਰ ਇਹਦੇ ਤੋਂ ਬਾਅਦ ਮੈਂ ਦੁਬਾਰਾ ਇਹਦੀ ਨਿਊਜ਼ੀਲੈਂਡ ਫਾਈਲ ਲਵਾਈ ਦੋ ਵਾਰੀ ਨਿਊਜ਼ੀਲੈਂਡ ਵੀ ਲਵਾਈ ਅਤੇ ਉੱਥੋਂ ਵੀ ਇਹ ਫੇਲ ਹੋ ਗਈ ਰਿਫਿਊਜ ਹੋ ਗਈ ਦੁਬਾਰਾ ਫਿਰ ਮੈਂ ਕਨੇਡਾ ਦੀ ਲਵਾਈ ਉੱਥੇ 4 ਲੱਖ ਨਿਊਜ਼ੀਲੈਂਡ ਵੀ ਮੇਰਾ ਖਰਚਾ ਹੋਇਆ ਮੁੜ ਕੇ ਮੈਂ ਇਹਦੀ ਕਨੇਡਾ ਦੀ ਫਾਈਲ ਲਵਾਈ ਕਨੇਡਾ 'ਚ ਇਹਦਾ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਉਹ 'ਤੇ ਮੇਰਾ 20 ਤੋਂ 25 ਲੱਖ ਰੁਪਈਆ ਖਰਚ ਹੋਇਆ ਮੁੜ ਕੇ ਮੈਂ ਇਹਨੂੰ ਵਾਰ ਵਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਵੀ ਇਹ ਲਓ ਤੁਸੀਂ ਫਾਈਲ ਲਵਾ ਲਓ ਮੈਂ ਉਹ ਡਾਕੂਮੈਂਟ ਲੈ ਕੇ ਅਤੇ ਪਹਿਲਾਂ ਬੜੇ ਥਾਂ ਫਿਰਿਆ ਉਹ ਜਾਲੀ ਸੀ ਮੁੜ ਕੇ ਦੁਬਾਰਾ ਫਿਰ ਅਸੀਂ ਕਿਹਾ ਅਤੇ ਇਹਨੇ ਕਾਲਜ ਵੱਲੋਂ ਸਾਨੂੰ ਡਾਕੂਮੈਂਟ ਭੇਜਿਆ ਅਤੇ ਅਸੀਂ ਗੁਰਮਿਲਾਪ ਲੁਧਿਆਣੇ ਤੋਂ ਜਿਹਦੀ ਕੋਈ ਫਾਈਲ ਲਗਵਾਈ ਇਹਦੀ ਉੱਥੇ ਮੇਰਾ 3-4 ਲੱਖ ਰੁਪਈਆ ਖਰਚ ਹੋਇਆ ਖਰਚ ਕਰਕੇ ਮੈਂ ਆਪਣੇ ਮੁੰਡੇ ਦਾ ਵੀਜ਼ਾ ਆ ਗਿਆ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਅਤੇ ਨਾ ਮੈਂ ਇਹਨੂੰ ਸਾਂਭਣਾ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛਿਆ ਅੱਜ ਕੱਲ੍ਹ ਲੱਗੇ ਭੇਜ ਦਿਓ 2 ਮਹੀਨੇ ਅਲੱਗ ਅਲੱਗ ਰਹਿਣਗੇ ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਅਸੀਂ ਮੁੰਡਾ ਭੇਜ ਦਿੱਤਾ ਜਦੋਂ ਏਅਰਪੋਰਟ 'ਤੇ ਪਹੁੰਚੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਜਦੋਂ ਮੁੰਡਾ ਅਸੀਂ ਮੁੰਡੇ ਨੇ ਸਾਨੂੰ ਫੋਨ ਕੀਤਾ ਵੀ ਇਹ ਕੁਝ ਬੋਲ ਰਹੀ ਆ ਜਾਂ ਕਿ ਤੂੰ ਚਲਾ ਜਾ ਅੱਗੇ ਅਸੀਂ ਬੰਦੋਬਸਤ ਤੇਰਾ ਕਰਾਂਗੇ ਅੱਗੇ ਅਸੀਂ ਉੱਥੇ ਆਪਣੇ ਵਕੀਲ ਕਰਕੇ ਅਤੇ ਇਹਨੂੰ ਏਅਰਪੋਰਟ ਤੋਂ ਵੀ ਅਸੀਂ ਬਾਹਰ ਕੱਢਿਆ ਮੁੜ ਕੇ ਇਹ ਲੈਣ ਨਹੀਂ ਆਈ ਸਾਡੀ ਭਾਣਜੀ ਸੀ ਉਹਨੇ ਇਹਨੂੰ ਲੈਣ ਆਈ ਉਹ ਇਹਨੂੰ ਲੈ ਕੇ ਗਈ 1 ਮਹੀਨਾ ਉਹਦੇ ਕੋਲ ਹੀ ਰਿਹਾ ਉਹਦੇ ਤੋਂ ਬਾਅਦ ਇਹ ਉੱਥੇ ਫਿਰ ਇਹ ਕੋਈ ਕੰਮ ਕੁੰਮ ਨਹੀਂ ਇਹਨੂੰ ਮਿਲਿਆ ਅਤੇ ਇਹ ਚਲਾ ਗਿਆ ਆਪਣੇ ਬ੍ਰਦਰ ਕੋਲ ਇਹਦੀ ਭੂਆ ਦਾ ਲੜਕਾ ਸਰੀ 'ਚ ਹੀ ਸਰੀ 'ਚੋਂ ਚਲਾ ਗਿਆ ਸਰੀ ਜਾ ਕੇ ਚਲੋ ਇਹ ਕੰਮ ਕਰ ਤਾਂ ਮਾੜਾ ਮੋਟਾ ਲੱਗ ਗਿਆ ਮੁੜ ਕੇ ਵਾਰ ਵਾਰ ਇਹਨੂੰ ਧਮਕੀਆਂ ਦਿੰਦੀ ਰਹੀ ਕਿ ਮੈਨੂੰ ਡਿਵੋਰਸ ਦੇ ਮੈਂ ਤੈਨੂੰ ਮਰਵਾ ਦੇਣਾ ਤੈਨੂੰ ਆਹ ਕਰ ਦੇਣਾ ਤੈਨੂੰ ਇਹ ਕਰ ਦੇਣਾ ਇਹ ਮੁੰਡਾ ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ ਜਦੋਂ ਮੈਂਟਲ ਹੋ ਗਿਆ ਫਿਰ ਅਸੀਂ ਬੜਾ ਫਿਰ ਇੱਥੇ ਦਰਖਾਸਤਾਂ ਦਿੱਤੀਆਂ ਵੀ ਸਾਡਾ ਮੁੰਡਾ ਇਸ ਤਰ੍ਹਾਂ ਕਰਕੇ ਹੋ ਗਿਆ ਬਿਮਾਰ ਹੋ ਗਿਆ ਅਤੇ ਤੁਸੀਂ ਸਾਡਾ ਇਲਾਜ ਕਰਾ ਦਿਓ ਇਹਨਾਂ ਸਾਡੇ ਨਾਲ ਇੱਕ ਡਾਕੂਮੈਂਟ ਲਿਖ ਲਿਆ DSP ਰਾਜਵੀਰ 'ਤੇ ਬੈਠੇ ਉਹਨਾਂ ਇੱਕ ਐਫੀਡੇਵਿਟ ਕਰਵਾਇਆ ਸਾਡੇ ਕੋਲ ਕਿ ਇਹ ਮੁੰਡੇ ਦਾ ਇਲਾਜ ਕਰਵਾਉਣ ਜਾਏਗੀ ਅਤੇ ਤੁਸੀਂ ਸਾਰਾ ਖਰਚਾ ਤੁਸੀਂ ਲਾਓਗੇ ਮੁੰਡੇ ਦਾ ਇਲਾਜ ਵੀ ਕਰਾਏਗੀ ਟਿਕਟ ਦਾ ਵੀ ਖਰਚਾ ਤੁਹਾਡਾ ਹੋਏਗਾ USA ਦਾ ਵੀਜ਼ੇ ਦਾ ਵੀ ਖਰਚਾ ਤੁਹਾਡਾ ਹੋਏਗਾ ਅਸੀਂ ਸਭ ਕੁਝ ਮੰਨ ਲਿਆ ਵੀ ਅਸੀਂ ਸਭ ਕੁਝ ਕਰਾਂਗੇ ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਅਸੀਂ ਕਿਹਾ ਪੈਸਾ ਵੀ ਕੋਈ ਨਹੀਂ ਲੈਂਦੇ ਸਾਡੇ ਮੁੰਡੇ ਦਾ ਇਲਾਜ ਕਰਾ ਦਿਓ ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਵਾਉਣ ਨਹੀਂ ਗਈ ਸਾਡੇ ਕੋਲ ਟਿਕਟ 'ਤੇ ਵੀ ਪੈਸੇ ਲਵਾ ਲਏ ਇਹ ਕਿਸੇ ਬੰਨੇ ਵੀ ਨਹੀਂ ਲੱਗੇ ਅਤੇ ਮੈਂ ਕੋਸ਼ਿਸ਼ ਕਰਦਾ ਰਿਹਾ ਦਰਖਾਸਤਾਂ ਦਿੱਤੀਆਂ ਸੀ ਹੌਲੀ ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ 1 ਸਾਲ ਬਾਅਦ ਇਹਦੇ 'ਤੇ 420 506
ਅਤੇ 120 ਦਾ ਪਰਚਾ ਦਰਾਂਗਲੇ ਰਜਿਸਟਰ ਹੋ ਗਿਆ। ਹੁਣ ਇਹ ਇੱਥੇ ਆਈ ਆ ਅਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ, ਇਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਰੈਸਟ ਕੀਤੀ ਜਾਏ। ਮੇਰਾ ਕੋਈ 34 ਲੱਖ ਰੁਪਈਆ ਲੱਗਾ ਜੀ। ਹੁਣ ਤਾਂ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ, ਪਰ 34 ਲੱਖ ਰੁਪਈਆ ਅਤੇ ਜਿਹੜਾ ਮੇਰੇ ਕੋਲ ਰਸੀਦਾਂ ਸਭ ਕੁਝ ਜਿਹੜਾ ਪਰੂਫ ਹੈ ਵਿਦ ਪਰੂਫ ਆ ਉਹ ਮੇਰਾ 34 ਲੱਖ ਰੁਪਈਆ ਲੱਗਾ। ਬੇੜੇ ਦਾ ਇਲਾਜ ਚੱਲਦਾ, ਬੇੜੇ ਦਾ ਇੱਥੇ ਅਸੀਂ ਹੁਣ ਅੰਮ੍ਰਿਤਸਰ ਤੋਂ ਇਲਾਜ ਕਰਾ ਰਹੇ ਹਾਂ ਅਤੇ ਇਹਦਾ ਇਲਾਜ ਚੱਲ ਰਿਹਾ, ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ। ਅਸੀਂ ਤਾਂ ਕਹਿੰਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਕਿਸੇ ਹੋਰ ਨਾਲ ਵੀ ਇਹੋ ਜਿਹਾ ਜੁਰਮ ਨਾ ਹੋਏ, ਇੱਕ ਇਹ ਸਹੀ ਹੋ ਜਾਏਗਾ ਅਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਠੱਗੀ ਮਾਰੀ ਆ ਅਤੇ ਠੱਗੀਆਂ ਦਾ ਇਹ ਹਾਲ ਹੁੰਦਾ। ਅਸੀਂ ਕਹਿੰਦੇ ਹਾਂ ਮਿਹਰਬਾਨੀ ਕਰਕੇ ਸਾਡਾ ਇਹ ਇਨਸਾਫ ਦਵਾਇਆ ਜਾਵੇ। ਮੇਰਾ ਨਾਮ ਗੁਰਵਿੰਦਰ ਕੌਰ। ਗੱਲ ਤਾਂ ਕੁਛ ਵੀ ਨਹੀਂ ਹੋਈ, ਮੈਂ ਐਵੇਂ ਆਖੀਏ ਵੀ ਗੱਲ ਕੋਈ ਹੋਈ ਹੈ। ਪਹਿਲਾਂ ਮੇਰਾ ਪੋਤੇ ਨੂੰ ਚੰਗਾ ਲੱਗਾ, ਹੁਣ ਮੇਰਾ ਪੋਤੇ ਨੂੰ ਮਾੜਾ ਲੱਗਾ। ਹੈਂ ਅਤੇ ਪਹਿਲਾਂ ਚੰਗਾ ਸੀ ਅਤੇ ਹੁਣ ਮਾੜਾ ਆ, ਅਤੇ ਇਹ ਕੋਈ ਗੱਲ ਵੀ ਨਹੀਂ ਹੋਈ। ਮੈਂ ਤਾਂ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ, ਮੇਰੇ ਕੋਲ ਗਲੀ ਮੁਹੱਲੇ ਵੀ ਆਣ ਕੇ ਕਹਿ ਦੇ ਵੀ ਇਹਨੇ ਇਸ ਨੂੰਹ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈ ਹੈ। ਮੈਂ ਆਖਿਆ ਅੱਜ ਮੈਂ ਆਖਾਂਗੀ ਨਾ ਨਿਕਲ ਕੇ ਆ ਗਈ ਹੈ ਤਾਂ ਦੁਨੀਆ ਵੀ ਆਖਣਾ ਹੈ, ਅਤੇ ਮੇਰੀ ਆ ਮੇਰੇ ਘਰ ਆ ਗਈ ਹੈ, ਮੇਰੀ ਹੈ ਹਲੇ, ਅਤੇ ਮੈਂ ਆਪਣੀ ਬਣਾ ਕੇ ਰੱਖੀ। ਅਤੇ ਮਗਰੋਂ ਸਾਣੀ ਇਹਨੇ ਹਟਣਾ, ਇਹ ਠੱਗੀਆਂ ਠੋਰੀਆਂ ਪਿਆ, ਇਹਨੂੰ ਆਉਂਦੀ ਨੂੰ ਸਕੂਲੇ ਪਾਇਆ, ਆਉਂਦੀ ਨੂੰ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ, ਆਉਂਦੀ ਨੂੰ ਮੈਨੂੰ ਤਿਆਰ ਕਰਕੇ ਘੱਲਣਾ। ਫਿਰ ਮੈਂ ਇਹ ਹੁਣ ਫਿਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਅਤੇ ਮੈਂ ਦੇਖਿਆ ਤਾਂ ਮੈਂ ਹਾਏ ਨੇ ਤੇਰਾ ਤਾਂ ਸਰੀਰ ਹੀ ਸੁੱਕ ਗਿਆ। ਮੁੜ ਕੇ ਫਿਰ ਤੂੰ ਸਾਲ ਲਾ, ਮੈਂ ਦੁੱਧ ਘਿਓਵਾਂ ਦੇ ਨਾਲ ਇਹਨੂੰ ਰੋਟੀਆਂ ਅਤੇ ਇਹਨੂੰ ਪਾਲਿਆ ਵੀ ਉਹ ਜਾਂ ਫਿਰ ਕੀ ਹੋ ਗਿਆ, ਕੋਈ ਗੱਲ ਨਹੀਂ। ਮੁੜ ਕੇ ਮੇਰੇ ਪੁੱਤ ਨੂੰ ਇਹ ਧੱਕਾ ਦਿੱਤਾ ਆਣ ਕੇ ਨਾ, ਹਾਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਟਿਕਣ ਦਿੱਤਾ, ਬਾਹਰ ਕਿਹੜਾ ਟਿਕਣ ਦਿੱਤਾ, ਬਾਹਰ ਵੀ ਨਹੀਂ ਟਿਕਣ ਦਿੱਤਾ। ਅਤੇ ਠੱਗੀ ਮਾਰੀ ਇਹਨਾਂ ਰੱਖ ਕੇ ਚੰਗੀ ਤਰ੍ਹਾਂ, ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਣ, ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉੱਧਰ ਜਾਣ ਡਿਆ, ਤੁਹਾਡਾ ਘਰ ਉੱਧਰ ਜਾਣ ਡਿਆ। ਅਤੇ ਮੈਂ ਆਖਾਂ ਵੀ ਮੇਰੀ ਨੂੰਹ ਨਹੀਂ ਮੂਰਖਨ, ਮੇਰਾ ਘਰ ਨਹੀਂ ਉੱਧਰ ਜਾਣ ਡਿਆ, ਮੈਨੂੰ ਨਹੀਂ ਪਤਾ ਵੀ ਮੇਰਾ ਘਰ ਲਾਇਆ ਮੈਂ ਅਤੇ ਖੱਟਿਆ ਉਹਨਾਂ ਨੇ। ਅਤੇ ਬੱਚੇ ਹਾਲਤ ਅਜੇ ਵੀ ਸਾਡੀ ਦਵਾਈ ਚੱਲਣ ਡਈ ਆ, ਮੇਰੇ ਬੱਚੇ ਨੇ ਤਾਂ ਜਿਹੋ ਜਿਹਾ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲਿਆ। ਮੈਂ ਤਾਂ ਖਰਾ ਕਿਸ ਤਰ੍ਹਾਂ ਆਪਣੇ ਪੁੱਤ ਨੂੰ ਦਹੀਂ ਦੇਣੀ, ਮੇਰਾ ਪੁੱਤ ਕਿਤੇ ਉੱਥੋਂ ਲੱਭਾ ਸੀ ਅਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ। ਅਤੇ ਹੁਣ ਹੁਣ ਅਸੀਂ ਅੰਮ੍ਰਿਤਸਰੋਂ ਅਸੀਂ ਦਵਾਈ ਇਹਦੀ ਕਰਵਾਉਣ ਡਏ ਹਾਂ। ਅਸੀਂ ਤਾਂ ਕੁਛ ਵੀ ਨਹੀਂ ਚਾਹੁੰਦੇ, ਅਸੀਂ ਤਾਂ ਇਹੋ ਆਖਦੇ ਹਾਂ ਵੀ ਇਹ ਸਾਨੂੰ ਇਨਸਾਫ ਦਿਓ ਇਸ ਚੀਜ਼ ਦਾ, ਜਿਹੜੀ ਗੱਲ ਸਾਨੂੰ ਸਾਫ ਚਾਹੀਦਾ ਇਸ ਚੀਜ਼ ਦਾ। ਆਹ ਪੁਲਿਸ ਇਹ ਜੀ ਇੱਕ ਪਰਚਾ 8 ਨੰਬਰ FIR ਡੇਟਡ 22/2024 ਨੂੰ ਅੰਡਰ ਸੈਕਸ਼ਨ 420, 506, 120 ਇਸ ਦਰਾਂਗਲਾ ਵਿਖੇ ਰਜਿਸਟਰ ਕੀਤੀ ਹੈ। ਇਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਅਸ਼ਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੂਬੜੀ ਹੈ, ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜੁਗਰਾਜ ਸਿੰਘ, ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੇ ਕਮਿਟਮੈਂਟ ਹੋਈ ਸੀਗੀ ਜਿਹੜੀ ਲੜਕੀ ਧਿਰ ਹੈ ਉਹਨਾਂ ਦੇ ਨਾਲ, ਕਿ ਲੜਕੇ ਨੂੰ ਵੀ ਅਸੀਂ ਬਾਹਰ ਲਿਜਾ ਕੇ ਅਤੇ PR ਕਰਵਾਵਾਂਗੇ। ਔਰ 2018 ਵਿੱਚ ਇਸਦਾ ਵਿਆਹ ਹੋ ਗਿਆ ਸੀ, 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਅਤੇ ਬਾਹਰ ਵਿਦੇਸ਼ ਭੇਜ ਦਿੱਤਾ।
ਔਰ ਜਿਹੜਾ ਲੜਕਾ ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚਲਾ ਗਿਆ ਸੀ, ਪਰ ਉਹਨਾਂ ਨੇ ਇਹਨੂੰ ਨਾ ਤਾਂ ਪੀ ਆਰ ਕਰਾਉਣ 'ਚ ਕੋਈ ਮਦਦ ਕੀਤੀ ਅਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ, ਬਲਕਿ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਧਿਰ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਆ, ਅਤੇ ਇਸ ਦੇ ਉੱਤੇ ਫਿਰ ਜਿਹੜੀ ਹੈ ਡੀ ਐੱਸ ਪੀ ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ। ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ, ਇਸ ਸੰਬੰਧੀ ਪਰਚਾ ਦਰਜ ਕੀਤਾ ਗਿਆ। ਇਹ 'ਚ ਜੀ 3 ਜਣਿਆਂ ਦੇ ਖਿਲਾਫ਼ ਮੁਕੱਦਮਾ ਦਰਜ ਹੈ ਜੀ। ਇਹ ਸੁਰਿੰਦਰ ਸਿੰਘ ਸਨ ਆਫ ਜੋਗਿੰਦਰ ਸਿੰਘ ਹੈ, ਅਮਨਦੀਪ ਕੌਰ ਡਾਟਰ ਆਫ ਸੁਰਿੰਦਰ ਸਿੰਘ ਅਤੇ ਜਸਬੀਰ ਕੌਰ ਵਾਈਫ ਆਫ ਸੁਰਿੰਦਰ ਸਿੰਘ। ਨਹੀਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ। ਅਗਲੀ ਕਾਰਵਾਈ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਹੈ ਇਹਨਾਂ ਦੀ ਅਰੈਸਟ ਕਰਕੇ ਅਤੇ ਇਹਨਾਂ ਦਾ ਚਲਾਨ ਬਣਾ ਕੇ ਅਦਾਲਤ 'ਚ ਪੇਸ਼ ਕੀਤਾ ਜਾਏਗਾ।